ਹਸਪਤਾਲ ਤੇ ਵਾਪਸ ਮੁੜਨਾ ਪੈ ਗਿਆ ਠੀਕ ਹੋ ਰਹੇ ਨੇ ਮੈਂ ਵਧੀਆ 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 ਭਾਈ ਲੱਖਿਆ ਵਾਲੀ ਟੀਮ ਆ ਗਈ ਸੁਣਨ ਵਾਲੇ ਆਓ ਜੀ ਟਾਕ ਲਈ ਸਟੇਜ ਉੱਤੇ ਜਲਦੀ ਦੇ ਨਾਲ ਠੀਕ ਆ ਠੀਕ ਆ ਉਹ ਮੈਚ ਕੋਈ ਨਾ ਕੋਈ ਨਾ ਚੱਲ ਰਿਹਾ ਹੁੰਦਾ ਕਿਤੇ ਸੈਮੀ ਸੁਮੀ ਪਤਾ ਨਹੀਂ ਕਵਾਟਰ ਕੋਈ ਆਵਲੇ ਦੇ ਵਿੱਚ ਲਾਉ ਸਾਹਮਣੇ ਮੁੰਡਾ ਹਰਿਆਣੇ ਵਾਲਾ ਕਹਿੰਦੇ ਫਿਰ ਤੋਂ ਪਿਆਰਾ ਦੇ ਬਾਲ ਪਾਉਣ ਦੇ ਲਈ ਧੋਚੋ ਦੀ ਧਰਤੀ ਦਾ ਬਲੈਕੀ ਮੁੰਡੇ ਦੇ ਕਹਿੰਦੇ ਚਰਤੀਆਂ ਲਈ ਪੁਰੀਆਂ ਨੇ ਕਹਿੰਦੇ ਜਮਾਨ ਕੀਤੇ ਹੋਏ ਨੇ ਖਿਡਾਰੀਆਂ ਦੀ ਖੇਡ ਤੇ ਨਾਲ ਕਹਿੰਦੇ ਲਹਿਰੇ ਵਾਲਾ ਗੀਤੂ ਸੱਦਿਆ ਤੇ ਦੂਜੇ ਪਾਸੇ ਚੀਕੇ ਦੀ ਟੀਮ ਆ ਮੁੰਡੇ ਕਹਿੰਦੇ ਜ਼ੋਰ ਤੇ ਲਾ ਰਹੇ ਆ ਪਰ 74 ਰਨ ਕਿਸੇ ਗੱਲ ਵਾਲੀ ਚੀਜ਼ ਹੋਣੇ ਆ ਕਿਉਂਕਿ ਸ਼ਕੇ 12 ਮਾਰ ਕੇ ਵੀ ਰਨ ਨਹੀਂ ਪੂਰੇ ਹੁੰਦੇ ਰਨ ਪੂਰੇ ਨਹੀਂ ਹੁੰਦੇ ਆ ਕਰਾਓ ਜੀ ਟੌਸ ਟੀਮ ਆ ਗਈਆਂ ਸਟੇਜ ਤੇ ਮਾਜਰੀ ਦੀ ਠੀਕ ਹੈ ਜੀ ਲਾਡੀ ਕੋਪਕਲਾ ਮਨਪ੍ਰੀਤ ਖੌਰ ਨੂੰ ਬਾਈ ਨੂੰ ਮਿਲੇ ਸਟੇਜ ਦੇ ਉੱਤੇ ਲਾਡੀ ਕੋਪਕਲਾ ਆ ਗਿਆ ਅੱਜ ਜ਼ਿਲ੍ਹੇ ਪਟਿਆਲੇ ਦੇ ਵਿੱਚ ਕਹਿੰਦੇ ਬਾਰਨ ਪਿੰਡ ਦੇ ਵਿੱਚ ਰੌਣਕਾਂ ਨੇ ਆਓ ਪੁੱਛੋ ਵਾਲੇ ਬਲੈਕੀ ਦੀ ਬਾਲ ਪੈ ਰਹੀ ਹੈ ਆਓ ਸੋਹਣੇ ਸ਼ਾਟ ਦੀ ਟਰਾਈ ਤੇ ਰਨ ਕਹਿੰਦੇ ਜਿਹੜੇ ਖਿਡਾਰੀ ਨੇ ਆਓ ਇੱਕ ਦੇ ਵਾਅਦੇ ਕਰ ਦਿੱਤੇ ਆ ਅਗਲੇ ਮੈਚ ਲਈ ਦੀ ਬੇਨਤੀ ਹੈ ਵੀ ਟੀਮ ਅੱਗੇ ਨਾ ਕਰ ਲੈਣਗੇ ਅਗਲੇ ਮੈਚ ਲਈ ਅਕਸਬਲ ਵਰਗੇ ਵੀਰ ਆਓ ਗੰਦੇ ਲੋਹੇ ਵਰਗੇ ਵੀਰਾਂ ਦਾ ਕਹਿੰਦੇ ਵੱਡਾ ਧੰਨਵਾਦ ਸੰਤ ਬਾਈ ਦਾ ਧੰਨਵਾਦ ਹੈ ਔਰ ਕੱਲ ਵੀ ਸਾਰਾ ਦਿਨ ਅੰਪਾਇਰੀ ਦੀ ਜਿਹੜੀ ਵੱਡੀ ਸੇਵਾ ਕੀਤੀ ਹੈ ਵੱਡਾ ਕਹਿੰਦੇ ਧੰਨਵਾਦ ਹੈ ਆਓ ਸਾਹਮਣੇ ਕਹਿੰਦੇ ਕੈਚ ਤੁਹਾਡੇ ਬਾਜੂ ਦਾ ਪੁੱਛੇਗਾ ਜਲਦੀ ਦੇ ਨਾਲ ਔਰ ਨਾਲ ਹੀ ਟਾਸ ਹੋ ਗਈ ਅਗਲੇ ਮੈਚ ਦੀ ਟੀਮਾਂ ਤਿਆਰ ਰਹਿਣ ਟਾਸ ਹੋ ਗਈ ਜੀ ਠੀਕ ਹੈ ਜੀ ਔਰ ਮੈਕਸਬਲ ਮੈਨੂੰ ਲੱਗਦਾ ਵੀ ਹਜੇ ਪੁੱਜਿਆ ਨਹੀਂ ਮੈਕਸਬਲ ਵੱਡਾ ਧੰਨਵਾਦ ਹੈ ਮੈਕਸਬਲ ਤੁਹਾਡੇ ਵੀਰ ਦਾ ਮਾਨ ਪੰਡਰਾਲੀ ਵਾਲੇ ਦਾ ਔਰ ਵੱਡਾ ਧੰਨਵਾਦ ਹੈ समाप्ति आओ फिर भी नजर आवेगी मेरे फिर आओ कहते लाडी वर्गे मुंडे आओ कहते टिकाने मेरे फिर कुछ नजर आवेगी आओ सामने कहते खिलाड़ी ने बाल पा दी है ਪਰ ਕਹਿੰਦੇ ਹੁਣੇ ਸਾਹ ਦੀ ਟਰਾਈ ਤੇ ਸਿੰਗਲ ਡਬਲ ਦੇ ਨਾਲ ਆਓ ਜਿਹੜਾ ਕੁਝ ਨਹੀਂ ਬਣਦਾ ਇੱਥੇ ਤੇ ਆਓ ਛੱਕੇ ਮਾਰਨੇ ਪੈਣੇ ਆ ਉਹ ਪੈਂਦੀ ਹੋਈ ਬਾਲ ਤੇ ਆਓ ਕਹਿੰਦੇ ਮੁੰਡੇ ਨੇ ਬੱਲੇ ਬੱਲੇ ਕਰਵਾ ਦਈਏ ਤੇ ਰਨ ਕਹਿੰਦੇ 6 ਦੇ ਵਾਧੇ ਆਓ ਜਿਹੜੇ ਖਿਡਾਰੀ ਜੇਕਰ ਟਾਸ ਨਹੀਂ ਹੋਈ ਮੇਰੀ ਬੇਨਤੀ ਹੈ ਅਗਲੇ ਮੈਚ ਵਾਲੀਆਂ ਟੀਮਾਂ ਆਓ ਅੱਗੇ ਜਿਹੜੀ ਟਾਸ ਕਰ ਲੈਣਗੀ ਆਓ ਲਾਓ ਸਾਹਮਣੇ ਮੇਰੇ ਨਹੀਂ ਬੋਲ ਆਓ ਕਹਿੰਦੇ ਇੱਕ ਸ਼ਾਕਾ ਜਿਹੜਾ ਹੋਰ ਵੱਜ ਗਿਆ ਇੱਕ ਸ਼ਾਕਾ ਕਹਿੰਦੇ ਜਿਹੜਾ ਹੋਰ ਵੱਜ ਗਿਆ ਮੇਰੀ ਵੀਰੋ ਐਨ ਕਿਤੇ ਵੀ ਜਿੰਨੀਆਂ ਬਾਲਾਂ ਨੇ ਉਨੇ ਛੱਕੇ ਲਾਉਣੇ ਪੈਣੇ ਆ ਆਓ ਕਹਿੰਦੇ ਮੈਚ ਜਿੱਤਣ ਦੇ ਲਈ ਆਓ ਜਿੰਨੀਆਂ ਬਾਲਾਂ ਤੇ ਛੱਕੇ ਕਹਿੰਦੇ ਉਨੇ ਲਾਉਣੇ ਪੈਣੇ ਆ ਆਓ ਗੱਲਾਂ ਬਾਤਾਂ ਦੋਸਤੋ ਦੋਸਤਾਂ ਕਰ ਲਓ ਜੀ ਖੇਡਦੇ ਪੰਜ ਬੋਲਾਂ ਕਰੀ ਯਾਰ ਬਸ ਠੀਕ ਹੈ ਵੀਰੇ ਐਨ ਜੀ ਅੱਜ ਆਏ ਜੀ ਖੇਡਦੇ ਪੰਜ ਬੋਲਾਂ ਕਰੀ ਯਾਰ ਬਸ ਠੀਕ ਹੈ ਵੀਰੇ ਉਹ ਕਹਿੰਦੇ ਮੁੰਡੇ ਸਾਡੇ ਬੈਠੇ ਨੇ ਤੁਸੀਂ ਤਾਂ 12 ਵਜੇ ਘਰ ਆਉਣਾ ਓਏ ਛੱਡ ਲੌੜਾ ਆ 12 ਅੱਜ ਜੇ ਆ ਗਿਆ ਫਿਰ ਕੀ 12 ਵਜੇ ਹਾਂ ਐਨ ਜੀ ਅੱਜ ਆਇਆ ਮੈਂ ਹਲਾ ਅੱਜ ਸੁਣਾ ਰਿਹਾ ਤੂੰ ਮੈਨੂੰ ਫਿਰ ਰਾਵੀ ਕਹਿੰਦੇ ਮੈਂ ਸਾਡੇ ਘਰ ਬੈਠੀ ਦਾ ਆ ਸ਼ੁਰੂ ਹੋਇਆ ਫਿਰ ਤੂੰ ਮੈਨੂੰ ਕੀ ਸੁਣਾ ਰਿਹਾ ਯਾਰ ਸਾਡੋਗੇ ਯਾਰ ਚਾਰਪੁਰ ਪਿੰਡ ਨੂੰ ਕਹੇ ਜੇ ਤਾਂ ਰੋਹਿਤ ਹਾਰ ਗਿਆ ਤੂੰ ਮੇਰਾ ਪੰਜ ਛੁੱਟੀ ਕਰਨ ਵਾਲਾ ਉਹ ਗੱਲ ਤਾਂ ਤੂੰ ਸਟਾਰਟ ਕਰੀਆ ਯਾਰ ਹੱਦ ਕਰ ਰਿਹਾ ਯਾਰ ਤੂੰ ਗੱਲ ਤੂੰ ਸਟਾਰਟ ਕਰਕੇ ਤੂੰ ਸਾਲਾ ਮੈਨੂੰ ਸੁਣਾਉਣ ਵਾਸਤੇ ਕਰਿਆ ਹੋਰ ਫਿਰ ਕਿਹਨੂੰ ਕਹੂੰਗਾ ਮੈਂ ਆਪਣੇ ਬੰਦੇ ਨੂੰ ਹੀ ਕਹੂੰਗਾ ਮੈਂ ਚੱਲ ਲੈ ਤੂੰ ਗੱਲ ਕਰ ਲੈ ਪੰਜ ਵਾਲਾ ਸੱਤ ਛੱਕੇ ਰਹਿ ਗਏ ਚਾਰ ਬੰਦੇ ਹੋਰ ਕਿਹਨੂੰ ਕੋ ਪੰਜ ਮੈਨੂੰ ਕਿਹਨੂੰ ਕਹਾਂਗੇ ਕਿਹਨੂੰ ਲਿਆਵਾਂਗੇ ਬਲਾ ਕੇ ਪੰਜਵੇਂ ਨੂੰ ਹਾਂਜੀ ਵੀਰੇ ਆਪਣੀ ਜ਼ਿੰਮੇਵਾਰੀ ਆਪ ਹੀ ਦੇਖਣੀ ਜੀ ਓ ਯਾਰ ਮਨਪ੍ਰੀਤ 11:30 ਵਜੇ ਮੈਚ ਸਟਾਰਟ ਹੋਇਆ ਉਹਨਾਂ ਦਾ ਤਾਂ ਪੰਜ ਬੋਲਾਂ ਦੇ ਮੈਚ ਚੱਲ ਰਹੇ ਨੇ ਜਿਹੜਾ ਖਿਡਾਰੀ ਬਾਜੇਗਾ ਹੁਣ ਵੀਰੇ ਮਾਜਰੀ ਵਾਲੇ ਦਾ ਅਨਾਉਂਸਮੈਂਟ ਕਰਦੇ ਟੌਸ ਵਾਸਤੇ ਮਾਜਰੀ ਵਾਲੇ ਨੂੰ ਕਿਹਾ ਆਓ ਕਹਿੰਦੇ ਟੌਸ ਕਰਾਓ ਆਓ ਕਹਿੰਦੇ ਬਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਤੇ ਤਿਆਰ ਹੈ ਮੈਂ ਗਰਾਊਂਡ ਤਾਂ ਨਹੀਂ ਖਾਲੀ ਹੋਊਗਾ ਅੱਛਾ ਜੀ ਉਹ ਕਹਿੰਦੇ ਮਾਜਰੀ ਵਾਲੇ ਦਾ ਨਾਮ ਲੈ ਕੇ ਟੌਸ ਕਰਦੇ ਵੀਰੇ ਭਾਈ ਮਾਜੀ ਤੇ ਮਾਜੀ ਜੀ ਜਲਦੀ ਦੇ ਨਾਲ ਦੋ ਫਿਰ 6-6 ਦੋ ਕਰ ਦੋ ਆਪਾਂ ਜਿਹੜੇ ਟਾਊਸ ਕਰਵਾ ਕੇ ਫਿਰ ਬੈਟ ਸ਼ੁਰੂ ਕਰਵਾ ਲੈਣਾ ਹੈ ਲੈ ਵੀ ਕਿੱਥੇ ਆ ਭਰਾ ਸੁੰਦਰ ਵਾਲਾ ਕਿੱਥੇ ਆਏ ਆਵੇ ਜੀ ਜਲਦੀ ਮੈਂ ਤਾਂ ਥੋੜਾ ਹੀ ਬਾਕੀ ਆ ਵੀ ਬਾਹਰ ਛੰਬੋੜੀ ਵੀ ਆਈ ਹੋਈ ਹੈ ਆਓ ਚਰਚੇ ਵੱਡੇ ਹੋਣੇ ਆ ਔਰ ਰਾਉਂਡ ਦੀ ਕੋਪ ਦੀ ਵੀ ਆਈ ਹੈ ਆਓ ਕਹਿੰਦੇ ਸ਼ੇਰ ਕਰ ਚੀਨੀਆਂ ਵਾਲੇ ਜੀ ਆ ਰਹੇ ਆ ਆਓ ਦੂਜੀ ਟੀਮ ਟਰਾਈ ਕਰ ਰਹੀ ਹੈ ਕਿ ਦੂਜੀ ਟੀਮ ਕੋਈ ਟਿਆਰ ਨਹੀਂ ਕੀਤਾ ਹੋਇਆ ਹੈ ਆਓ ਫਿਰ ਮੈਂ ਕਰਾਉਂਦਾ ਲੋ ਆ ਕੇ ਕਮੈਂਟ ਪਾਏ ਮੇਰੇ ਦੂਜੇ ਮੈਚ ਦਾ ਮਸੋ ਦਾ ਟੀਮ ਬਣਾ ਗਿਆ ਆਓ ਪੰਜੀ ਬਾਲ ਤੇ ਆਓ ਸੋਹਣੇ ਸ਼ਾਟ ਦੀ ਟਰਾਈ ਕਰ ਰਹੀ ਹੈ ਕਿ ਦੂਜੀ 6
ਪ੍ਰਧਾਨ ਅੱਛਾ ਅਗਲੇ ਮੈਚ ਪੂਰੀ ਆ ਰਿਹਾ ਮੈਂ ਕਿੰਨੇ ਬੰਦਰ ਰਹਿ ਗਏ।